ਸਰੀਰ ਜਿਹੜਾ ਸੀ ਛਡਾਤਾ, ਤ੍ਰਿਕੁਟੀ ਛਡਾਤੀ, ਦਸਵੇਂ ਘਰ ਚ ਟਿਕਾ ਦਿੱਤਾ, ਆਪਣੇ ਮੂਲ ਨਾਲ ਜੋੜਤਾ, ਪੁਰਖ ਨੂੰ ਪੂਰਨ ਪੁਰਖ ਕਰਤਾ। ਪੂਰਨ ਪੁਰਖ ਅਚੁੱਤ ਅਵਿਨਾਸ਼ੀ, ਅਵਿਨਾਸ਼ੀ ਕਰਤਾ, ਅਵਿਨਾਸ਼ੀ ਰਾਜ ਬਣਾ, ਨਿਰਾਕਾਰੀ ਦੇਹੀ ਦੇਤੀ, ਜਨਮ ਪਦਾਰਥ ਦੇਤਾ ਉਹਨੂੰ। ਇਹ ਬਹੁਤ ਇੰਨੀ ਗਹਿਰੀ ਗੱਲ ਹੈ, ਹੁਣ ਵਿਦਵਾਨ ਵਿਚਾਰੇ ਕੀ ਜਾਣਨ, ਪਰ ਨਾ ਜਾਣਨ ਇਹ ਗੱਲ ਅਲੱਗ ਹੈ, ਪਰ ਰੌਲਾ ਕਾਹਦੇ ਪਾਉਣ। ਜਾਣਨ ਦੀ ਕੋਸ਼ਿਸ਼ ਕਰਨ ਜਾਂ ਕਿਸੇ ਨੂੰ ਕਹਿਣ ਸਾਨੂੰ ਸਮਝਾਓ, ਤੁਸੀਂ ਤਾਂ ਫਤਵਾ ਦੇ ਦਿੱਤਾ, ਫਤਵਾ ਕਿਹੜੇ ਗਿਆਨ ਨਾਲ ਦਿੱਤਾ ਹੈ? ਫਤਵਾ ਜਸਟੀਫਾਈ ਕਰਨਾ ਪਊ, ਕਿਸ ਗਰਾਊਂਡ 'ਤੇ ਫਤਵਾ ਦਿੱਤਾ ਤੁਸੀਂ? ਇਹ ਤਾਂ ਮੂਰਖਾਂ ਦੇ, ਜੇ ਤਾਂ ਤੁਸੀਂ ਮੂਰਖਾਂ ਦੇ ਮਗਰ ਲੱਗ ਕੇ ਫਤਵਾ ਦਿੱਤਾ, ਫਿਰ ਤਾਂ ਮੂਰਖ ਤੁਹਾਡੇ ਗੁਰੂ, ਤੁਸੀਂ ਮਹਾਂਮੂਰਖ ਨਹੀਂ। ਫਿਰ ਤੁਹਾਨੂੰ ਇੱਥੇ ਹੁਣ ਦੱਸਣਾ ਪਊਗਾ ਕੀ ਗਰਾਊਂਡ ਤੁਹਾਡੇ ਕੋਲ ਹੈ ਫਤਵਾ ਦੇਣ ਦੀ। ਤੂੰ ਮਿਆਨੋ ਖੰਡਾ ਹੋਈ ਸਾਹਮਣੇ ਸਾਹਮਣੇ ਦੋਵੇਂ ਪਾਸ ਤਰਫ ਦਾ ਗਿਆਨ ਲਿਆ, ਸੰਸਾਰੀ ਗਿਆਨ ਵੀ, ਦਇਆਕਾਰੀ ਗਿਆਨ ਵੀ। ਹਾਂਜੀ, ਸਭੇ ਵੀਰ ਸੰਘਾਰੇ ਧੂਮਰ ਨੈਣ ਦੇ, ਧੂਮਰ ਨੈਣ ਦੇ ਜਿੰਨੇ ਨਾਲ ਦੇ ਸੀ ਚੇਲੇ, ਉਹਦੇ ਨਾਲ ਵੀ ਹੁੰਦੇ ਨੇ, ਰੱਖਦੇ ਹੁੰਦੇ ਨੇ, ਉਹ ਸਾਰੇ ਦੋ ਕੁ ਵਰਸ਼ਨਾਂ ਨਾਲੇ ਖਤਮ ਕਰਦੇ। ਇੱਥੇ ਕੀ ਕਰਨਗੇ? ਅਸੀਂ ਗੱਲ ਕਰ ਰਹੇ ਹਾਂ ਜਿਹੜਾ ਅੰਦਰ ਬੋਲਦਾ, ਤੁਸੀਂ ਗੱਲ ਕਰ ਰਹੇ ਹੋ ਸਰੀਰ ਦੀ, ਸਰੀਰ ਦੀ ਤਾਂ ਗੱਲ ਹੀ ਨਹੀਂ ਹੁੰਦੀ। ਹਾਂ, ਜਿਹੜੇ ਅਵਤਾਰ ਨੇ, ਪੂਰਤੀ ਪੂਜਕ ਨੇ, ਉਹ ਪਾਗਲ ਨੇ, ਇੱਕੋ ਹੀ ਗੱਲ ਨਾਲ ਸਾਰੀ ਖਤਮ ਹੋ ਗਈ, ਸਾਰੀ ਚਰਚਾ ਦਾ ਵਿਸ਼ਾ ਹੀ ਖਤਮ ਕਰਦਾ। ਇਹ ਵਿਸ਼ਨੂੰ ਨੂੰ ਕਾਹਦੇ ਮੰਦਰ ਨੇ ਮੰਨਦੇ ਹੋਣਗੇ, ਅਸੀਂ ਤਾਂ ਨਹੀਂ ਮੰਨਦੇ, ਪਾਗਲ ਨੇ ਮੰਦਰ ਮੰਨੀ ਜਾਣਗੇ, ਤੁਸੀਂ ਕੀ ਲੈਣਾ? ਤੁਸੀਂ ਆਪਣੀ ਗੱਲ ਕਰੋ, ਤੁਸੀਂ ਕੀ ਮੰਨਦੇ ਹੋ? ਉਹਨਾਂ ਕੋਲ ਤਾਂ ਗਿਆਨ ਹੁੰਦਾ ਹੀ ਨਹੀਂ, ਰਾਖਿਆਂ ਕੋਲ ਗਿਆਨ ਨਹੀਂ ਹੁੰਦਾ, ਉਹ ਤਾਂ ਇਹ ਕਹਿੰਦੇ ਨੇ, ਇਹ ਐਂ ਕਹਿੰਦੇ ਨੇ, ਇਹ ਤਾਂ ਗਲਤ ਕਹਿੰਦੇ ਨੇ। ਤੁਸੀਂ ਦੱਸੋ ਠੀਕ ਕੀ ਹੈ ਫਿਰ? ਤੁਸੀਂ ਜੇ ਕਹਿੰਦੇ ਗਲਤ ਨੇ ਠੀਕ, ਦੱਸੋ ਫਿਰ ਕੀ ਹੈ? ਠੀਕ ਉਹਨਾਂ ਨੂੰ ਪਤਾ ਨਹੀਂ, ਗਲਤ ਨੂੰ ਗਲਤ ਕਹਿਣਾ, ਦੱਸ ਦੇਣਾ ਕੋਈ ਬਹੁਤੀ ਅਕਲ ਦੀ ਗੱਲ ਨਹੀਂ ਹੁੰਦੀ, ਥੋੜ੍ਹੀ ਅਕਲ ਦੀ ਗੱਲ ਤਾਂ ਹੈ, ਪਰ ਪੂਰੀ ਅਕਲ ਦੀ ਗੱਲ ਨਹੀਂ ਹੁੰਦੀ, ਪੂਰੀ ਅਕਲ ਦੀ ਗੱਲ ਨਹੀਂ। ਚਿਹਰਾ ਦੇਖ ਕੇ ਪਛਾਣ ਲੈਣਾ ਵੀ ਅੱਜ ਬੁਖਾਰ ਚੜਿਆ ਹੋਇਆ ਤੈਨੂੰ ਲੱਗਦਾ ਮੈਨੂੰ ਤਾਂ, ਇਹ ਵੀ ਅਕਲ ਦੀ ਗੱਲ ਹੈ, ਚਿਹਰੇ ਤੋਂ ਪਛਾਣ ਲੈਣਾ ਬਗੈਰ ਹੱਥ ਲਾਏ ਤੇ, ਅਕਲ ਦੀ ਤਾਂ ਹੈ, ਪਰ ਬੁਖਾਰ ਕਿਹੜਾ ਕੀ ਹੈ, ਇਲਾਜ ਕੀ ਹੈ, ਇਹ ਤਾਂ ਫਿਰ ਉਹਦੀ ਫਿਰ ਪੂਰੀ ਅਕਲ ਹੈ। ਸਭੇ ਵੀਰ ਸੰਘਾਰੇ ਧੂਮਰ ਨੈਣ ਦੇ, ਧੂਮਰ ਨੈਣ ਦੇ, ਛੇਤੀ ਹੋਈ ਫੈਸਲਾ ਕਰਤਾ, ਗੱਲ ਆਤਮਾ ਦੀ ਕਰੋ, ਜੋਤ ਦੀ ਗੱਲ ਕਰ, ਜੋ ਕਿ ਹੈ ਨੀ। ਜਨ ਲੈ ਕੱਟੇ ਆਰੇ ਦਰਖਤ ਵਾਢੀਆਂ, ਐ ਸਮਝ ਲਓ ਵੀ ਆਰੇ ਨਾਲ ਜਿਵੇਂ ਦਰਖਤ ਕੱਟ ਦਿੰਦੇ ਨਾ ਵਢਾਈ ਵੱਢਣ ਵਾਲੇ, ਐ ਸਾਰੇ ਵੱਢ ਕੇ ਪਰੇ ਮਾਰੇ, ਇੱਕ ਦੋ ਗੱਲਾਂ ਨਾਲ ਹੀ ਖਤਮ ਕਰਤੀ ਕਹਾਣੀ, ਲੜਾਈ ਉਹ ਖਤਮ ਕਰਤੀ। ਪੌੜੀ ਚੋਬੀ ਧੌਂਸ ਬਜਾਈ ਦਲਾਂ ਮੁਕਾਬਲਾ, ਚੋਬੀ ਧੌਂਸ ਬਜਾਈ ਦਲਾਂ ਮੁਕਾਬਲਾ, ਚੋਬੀਆਂ ਨੇ ਧੌਂਸ ਲਾਈ, ਚਰਚਾ ਫਿਰ ਸ਼ੁਰੂ ਹੋਈ ਦੁਬਾਰਾ। ਰੋ ਭਵਾਣੀ ਆਈ ਉੱਤੇ ਰਾਕਸ਼ਾਂ, ਪਹਿਲਾਂ ਅਸਲ ਦੇ ਵਿੱਚ ਜਿਹੜੇ ਬੋਲੇ ਹੈ, ਇਉਂ ਲੱਗਦਾ ਤੁਮਰ ਲੋਚਨ ਆਪ ਨਹੀਂ ਬੋਲਿਆ, ਉਹਦੇ ਚੇਲੇ ਹੀ ਬੋਲਦੇ ਨੇ, ਪਹਿਲਾਂ ਚੇਲੇ ਚੁੱਪ ਕਰਾ ਤੇ, ਸਭੇ ਵੀਰ ਸੰਘਾਰੇ ਤੁਮਰ ਨੈਣ ਦੇ, ਉਹ ਜਿਹੜੇ ਬੋਲੇ ਨੇ ਨਾ ਉਹੀ, ਉਹ ਨਹੀਂ ਬੋਲਿਆ ਆਪ, ਬਾਅਦ ਚ ਬੋਲੂਗਾ ਉਹ। ਰੋ ਭਵਾਨੀ ਆਈ ਉੱਤੇ ਰਾਕਸ਼ਾਂ, ਰਾਕਸ਼ਾਂ ਦੇ ਉੱਤੇ ਹਾਵੀ ਹੋ ਗਈ, ਹਾਵੀ ਹੋ ਗਈ ਭਵਾਨੀ, ਰਾਕਸ਼ਾਂ ਦੇ ਉੱਤੇ ਹਾਵੀ ਹੋ ਗਈ, ਇੱਕੋ ਹੀ ਗੱਲ ਚ। ਹਾਂਜੀ, ਖੱਬੇ ਦਸਤ ਨਚਾਈ ਸੀਹਨ ਸਾਰ ਦੀ, ਦੇਖੋ ਸੱਜਾ ਹੱਥ ਨਹੀਂ ਲਿਖਿਆ, ਤਲਵਾਰ ਸੱਜੇ ਹੱਥ ਚੁੰਦੀ, ਖੱਬੇ ਦਸਤ ਨਚਾਈ ਸੀਹਨ ਸਾਰ ਦੀ, ਇਹਨਾਂ ਨੇ ਜਦ ਤਲਵਾਰ ਫੜਾਉਣੀ ਹੈ ਸੱਜੇ ਹੱਥ ਚੁੰਦੀ ਹੈ, ਸੱਜੇ ਪਾਸੇ ਚਾਹੇ ਚਾਰ ਹੱਥ ਨੇ ਪਰ ਸੱਜੇ ਹੱਥ 'ਚ ਤਲਵਾਰ ਹੁੰਦੀ, ਤਲਵਾਰ ਰਹੂਗੀ ਸੱਜੇ ਹੱਥ 'ਚ। ਇਹ ਖੱਬੇ ਹੱਥ ਵਾਲੀ ਤਲਵਾਰ ਕੀ ਹੈ? ਸੰਸਾਰੀ ਗਿਆਨ, ਸੰਸਾਰੀ ਬੁੱਧੀ, ਸੰਸਾਰੀ ਬੁੱਧੀ ਨਾਲ ਲੜਾਈ ਕੀਤੀ, ਇਹਨਾਂ ਨਾਲ ਛੋਟਿਆਂ ਨਾਲ ਸੰਸਾਰੀ ਬੁੱਧੀ ਨਾਲ ਲੜਾਈ ਕੀਤੀ, ਸੰਸਾਰੀ ਬੁੱਧੀ ਵੀ ਸਾਰੀਆਂ ਹੁੰਦੀ ਉਹਦੇ ਕੋਲ, ਇਹਨਾਂ ਕੋਲ ਇੰਨੀ ਹੁੰਦੀ ਹੋਈ ਜੀ। ਭਾਈਆਂ ਮਾਰਨ ਭਾਈ ਦੁਰਗਾ ਜਾਣ ਕੇ, ਜਦ ਦੁਰਗਾ ਨੂੰ ਜਾਣ ਲਿਆ ਕਿ ਦੁਰਗਾ ਕੀ ਹੁੰਦੀ ਹੈ, ਵਿਵੇਕ ਬੁੱਧੀ ਹੁੰਦੀ ਹੈ, ਇਹ ਆਪਸ ਵਿੱਚ ਹੀ ਰਾਕਸ਼ਸ ਇੱਕ ਦੂਜੇ ਦੇ ਖਿਲਾਫ ਹੋ ਗਏ, ਉਹ ਕਹਿੰਦੇ ਯਾਰ ਗੱਲ ਤਾਂ ਠੀਕ ਹੈ,
ਇਹ ਜਾਂ ਸਰੀਰ ਦੀ ਗੱਲ ਹੀ ਨਹੀਂ ਕਰਦੇ। ਉਹਨਾਂ 'ਚ ਆਪਸ ਵਿੱਚ ਹੀ ਫੁੱਟ ਪੈ ਗਈ ਭਾਈਆਂ ਮਾਰਨ ਭਾਈ। ਜਦ ਦੂਆ ਬੋਲਦਾ ਕਹਿੰਦਾ ਤੈਨੂੰ ਕਿਹਾ ਤਾਂ ਹੈ ਵੀ ਆਤਮਾ ਦੀ ਗੱਲ ਹੈ, ਤੂੰ ਫਿਰ ਉਹੀ ਗੱਲ ਕਰੀ ਜਾਂਦਾ। ਆਪਸ ਵਿੱਚ ਹੀ ਇਹਨਾਂ ਦਾ ਰੌਲਾ ਪੈ ਗਿਆ। ਖੱਬੇ ਦਸਤ ਨਚਾਈ ਸ਼ੀਹਣ ਸਾਰਦੀ, ਸ਼ੀਹਣ ਸਾਰਦੀ, ਸ਼ੀਹਣ ਦਿੰਦਾ ਸ਼ੀਹਣ ਸਾਰਦੀ। ਬਹੁਤਿਆਂ ਦੇ ਤਨ ਲਈ ਕੀਤੀ ਰੰਗਲੀ, ਲਾਈ ਬਹੁਤਿਆਂ ਦੇ ਤਨ ਲਾਈ ਕੀਤੀ ਰੰਗਲੀ, ਬਹੁਤਿਆਂ ਦੇ ਮਾਰੀ ਲੋਭ ਰੱਤ ਵਗ ਗਈ ਸਾਰਿਆਂ ਦੀ। ਇੱਥੇ ਜਿੱਥੇ ਰੰਗਲੀ ਦਾ ਲਫ਼ਜ਼ ਆਊ ਉੱਥੇ ਲੋਭ ਤੇ ਪ੍ਰਹਾਰ ਕੀਤਾ। ਲੋਭ ਤੇ ਪ੍ਰਹਾਰ ਜਦ ਕੀਤਾ ਇਹ ਵੀ ਮਾਇਆ ਦੀ ਗੱਲ ਹੈ। ਇਹ ਖੱਬੇ ਦਸਤ ਨਚਾਈ ਹੈ ਸ਼ੀਹਣ ਸਾਰਦੀ। ਜਿਹੜਾ ਲੋਭ ਤੇ ਪ੍ਰਹਾਰ ਕਰਨਾ, ਲੋਭ ਛਡਾਉਣਾ, ਮੋਹ ਛਡਾਉਣਾ, ਇਹ ਮਾਇਆ ਦਾ ਹੀ ਗਿਆਨ ਹੈ। ਮਾਇਆ ਦਾ ਹੀ ਮੋਹ ਹੈ, ਮਾਇਆ ਦਾ ਹੀ ਲੋਭ ਹੈ, ਇਹ ਮਾਇਆ ਦਾ ਗਿਆਨ ਹੈ, ਨਿਰਾਕਾਰੀ ਗਿਆਨ ਨਹੀਂ ਹੈ। ਇਹ ਤਾਂ ਸਾਰਿਆਂ ਧਰਮਾਂ ਦੇ ਵਿੱਚ ਹੀ ਹੈ। ਫਿਰ ਇਹ ਨਿਰਾਕਾਰੀ ਗਿਆਨ ਨਹੀਂ ਹੈ। ਨਿਰਾਕਾਰੀ ਗਿਆਨ ਤਾਂ ਇਕੱਲੀ ਜੋਤ ਦਾ ਰਹਿ ਜਾਣਾ, ਨਿਰਾਕਾਰੀ ਗਿਆਨ ਬੁੱਝਣ ਵਾਲੀ ਗੱਲ ਹੈ। ਲੋਭ ਛਡਾਉਣਾ, ਛੱਡਣਾ, ਇਹਦੇ 'ਚ ਬੁੱਝਣ ਵਾਲੀ ਕੀ ਗੱਲ ਹੈ? ਇਹ ਬੁੱਝਣ ਵਾਲੀ ਕੋਈ, ਇਹ ਸਮਝਣ ਵਾਲੀ ਗੱਲ ਹੈ, ਬੁੱਝਣ ਵਾਲੀ ਨਹੀਂ ਹੈ। ਜਿੱਥੇ ਸਾਰਦੀ ਆ ਜਾਣਾ ਸੀਰਤ ਸਾਰਦੀ, ਉੱਥੇ ਸਾਰੀ ਗੱਲ ਬੁੱਝਣ ਵਾਲੀ ਹੋ ਜਾਣੀ। ਬੋਲੇ ਪਰਥਰੀ ਸੱਤ ਸਰੂਪ, ਬੁੱਝਣ ਵਾਲੀ ਗੱਲ ਹੈ। ਪਰਮ ਤੱਤ ਮੈਂ ਰੇਖ ਰੂਪ, ਪਰਮ ਤੱਤ ਦਾ ਤਾਂ ਰੇਖ ਰੂਪ ਹੁੰਦਾ ਨਹੀਂ, ਮੂਰਤੀ ਕਿਵੇਂ ਬਣਜੂ? ਪਾਗਲ ਨੇ ਜੇ ਬਣਾਉਂਦੇ ਨੇ, ਤੁਸੀਂ ਗੱਲ ਕਰੋ, ਉਹਨਾਂ ਕੋਈ ਜਵਾਬ ਹੀ ਨਹੀਂ ਗਾ, ਜਵਾਬ ਹੀ ਨਹੀਂ ਗਾ। ਉਹ ਆਤਮਾ ਦੀ ਤਸਵੀਰ ਤਾਂ ਬਣਾ ਕੇ ਦਿਖਾਓ, ਤੁਸੀਂ ਗਿਆਨ ਦੇ ਦੀਵੇ ਦੀ ਜੋਤ ਤਾਂ ਬਣਾ ਕੇ ਦਿਖਾਓ, ਫੋਟੋ ਤਾਂ ਬਣਾ ਕੇ ਦਿਖਾਓ। ਉਹ ਇੱਦਾਂ ਦੁੱਖਾਂ ਦਾ ਤੇਲ ਪੈਣਾ, ਸਰੋਂ ਦਾ ਤੇਲ ਆ ਕੇ ਹੋਰ ਹੀ ਪੈਣਾ ਉਹ 'ਚ। ਉਹ 'ਚ ਬੱਤੀ ਨਹੀਂ ਵੱਟ ਕੇ ਪੈਂਦੀ ਰੂਲ ਦੀ, ਉਹ ਬਾਤੀ ਹੈ, ਬਾਤੀ ਦਾ ਮਤਲਬ ਬਾਤ, ਗੱਲ, ਸ਼ਬਦ, ਉਪਦੇਸ਼। ਬਾਤੀ ਨੂੰ ਬੱਤੀ ਕਹਿਣ ਲੱਗ ਗਏ। ਉਹ ਬਾਤੀ ਹੈ ਗੱਲਬਾਤ, ਗੱਲਬਾਤ ਬਿਨਾਂ ਗਿਆਨ ਨਹੀਂ ਦਿੱਤਾ ਜਾ ਸਕਦਾ, ਰੋਸ਼ਨੀ ਨਹੀਂ ਕੀਤੀ ਜਾ ਸਕਦੀ। ਹਾਂਜੀ, ਬਹੁਤਿਆਂ ਦੇ ਤਨ ਲਾਈ ਕੀਤੀ ਰੰਗਲੀ, ਬਹੁਤਿਆਂ ਦੇ ਤਨ ਲਾਈ, ਬਹੁਤਿਆਂ ਨੂੰ ਜਦ ਸਮਝਾਈ, ਸਾਰੇ ਮੰਨ ਗਏ ਵੀ ਹਾਂ ਵੀ ਕਰੋ, ਲੋਭ ਤਾਂ ਛੱਡਣਾ ਪਊਗਾ, ਵੀ ਲੋਭ ਜੇ ਮਾੜਾ ਛੱਡਣਾ ਚਾਹੀਦਾ। ਕਹਿੰਦੇ ਹਾਂ, ਤੁਸੀਂ ਛੱਡਿਆ? ਇਹਨਾਂ ਨੂੰ ਕਹਿੰਦੇ ਹੋ ਤੁਸੀਂ ਪਖੰਡੀ ਨੇ, ਪਖੰਡੀ ਤਾਂ ਤੁਸੀਂ ਵੀ ਹੋ। ਠੀਕ ਹੈ, ਤੁਹਾਡਾ ਬੰਦਾ ਜਿਹੜਾ ਰੱਬ ਹੈ, ਚਲੋ ਮੰਨ ਲਿਆ, ਜੇ ਕਹਿੰਦੇ ਰੱਬ ਹੈ, ਤੁਸੀਂ ਕਹਿੰਦੇ ਉਹਨੂੰ ਰੱਬ ਹੈ ਵੀ ਰੱਬ ਹੈ, ਪਰ ਤੁਸੀਂ ਛੱਡ ਦਿੱਤਾ ਲੋਭ, ਤੁਸੀਂ ਮੋਹ ਛੱਡ ਦਿੱਤਾ, ਚੁੱਪ ਕਰਕੇ। ਇਹਨਾਂ ਦਾ ਤੁਹਾਨੂੰ ਵੀ ਪਤਾ ਹੈ ਵੀ ਲੋਭ ਮਾੜਾ ਹੈ, ਤੁਸੀਂ ਕਿਉਂ ਨਹੀਂ ਛੱਡਿਆ? ਫਿਰ ਤੁਸੀਂ ਦੋ